ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਮੈਂ ਕਲਾਸ 12 ਦੇ ਲਈ ਡਿਟਰਮਨੈਂਟ ਲੈ ਕੇ ਆਈਆਂ ਬੇਸ਼ੱਕ ਇਹ ਵੀਡੀਓਜ਼ ਪਹਿਲਾਂ ਅਪਲੋਡ ਕੀਤੀਆਂ ਹੋਈਆਂ ਨੇ ਬਟ ਕੈਂਡੀਡੇਟਸ ਜਿਹੜੇ ਕਿ ਉਹਨਾਂ ਨੂੰ ਫਾਈਂਡ ਨਹੀਂ ਹੋ ਰਹੀਆਂ 댓 ਇਜ਼ ਵੇ ਮੈਂ ਦੁਬਾਰਾ ਇਸ ਵੀਡੀਓ ਦੇ ਵਿੱਚ ਜਿਹੜੇ ਕਿ ਡਿਟਰਮਨੈਂਟ ਬਣਾ ਰਹੀਆਂ ਤੇ ਸਟੂਡੈਂਟਸ ਜਿਹੜੇ ਤੁਹਾਡੇ ਸਤੰਬਰ ਇਗਜ਼ਾਮ ਨੇ ਸਤੰਬਰ ਇਗਜ਼ਾਮ ਦੇ ਵਿੱਚ ਓਨਲੀ ਗ੍ਰਾਮਰ ਪੋਰਸ਼ਨ ਦੇ ਵਿੱਚੋਂ ਟਰਾਂਸਲੇਸ਼ਨ ਹੈ ਤੇ ਟ੍ਰਾਂਸਲੇਸ਼ਨ ਤਾਂ ਹੈ ਹੀ ਹੈ ਉਹ ਆਲਰੇਡੀ ਅਪਲੋਡ ਕੀਤੀ ਹੋਈ ਜਿਸ ਦੇ ਵਿੱਚੋਂ ਤੁਹਾਡੇ 4 ਮਾਰਕਸ ਆਣੇ ਨੇ ਟ੍ਰਾਂਸਲੇਸ਼ਨ ਆਲਰੇਡੀ ਟ੍ਰਾਂਸਲੇਸ਼ਨ ਉਸ ਦੇ ਵਿੱਚੋਂ ਹੀ ਆਉਣੀਆਂ ਅ ਪਹਿਲੇ 75 ਦੇ ਵਿੱਚੋਂ ਜਿਸ ਦੇ ਵਿੱਚੋਂ ਮੈਂ 55 ਸਿਲੈਕਟ ਕੀਤੇ ਨੇ ਉਹ ਆਲਰੇਡੀ ਅਪਲੋਡ ਕੀਤੀ ਹੋਈ ਤੁਸੀਂ ਉਹਨੂੰ ਜ਼ਰੂਰ ਵਾਚ ਕਰੋ ਤੇ ਉਸ ਤੋਂ ਬਾਅਦ ਗ੍ਰਾਮਰ ਪੋਰਸ਼ਨ ਦੇ ਵਿੱਚੋਂ ਤੁਹਾਨੂੰ ਜਿਹੜੇ ਕਿ ਡਿਟਰਮਿਨੈਂਟਸ ਤੇ ਨਾਨ ਫਾਈਨਾਈਟਸ ਪਾਰਟਿਸਪਲ ਐਂਡ ਜੈਰੰਡ ਇਹ ਚਾਰੋਂ ਚੀਜ਼ਾਂ ਨੇ ਇਸ ਦੇ ਵਿੱਚੋਂ ਹੀ ਆਣਾ ਤੁਹਾਡਾ ਐਗਜ਼ਾਮ ਤੇ ਇਹ ਆਣਾ ਕਿੱਥੋਂ ਆ ਜੋ ਤੁਹਾਡੇ ਐਗਜ਼ਾਮ ਜਿਹੜੇ ਕਿ ਜੋ ਗ੍ਰਾਮਰ ਪੋਰਸ਼ਨ ਬਣਦਾ ਹੁੰਦਾ ਹੈ ਇਹ ਤੁਹਾਡੀ ਜਿਹੜੀ ਬੁੱਕ ਹੈ ਇੰਗਲਿਸ਼ ਦੀ ਇੰਗਲਿਸ਼ ਦੇ ਜੋ ਜਿਹੜੀ ਬੁੱਕ ਹੈ ਇਸ ਦੇ ਵਿੱਚ ਚੈਪਟਰਸ ਦੇ ਪਿੱਛੇ ਜਿਹੜੇ ਕਿ ਜੋ ਵੀ ਬੁੱਕਵਰਕ ਦਿੱਤਾ ਹੋਇਆ ਉਸ ਬੁੱਕਵਰਕ ਦੇ ਵਿੱਚ ਜਿੰਨੀ ਗ੍ਰਾਮਰ ਪੋਰਸ਼ਨ ਹੈ ਉਹੀ ਤੁਹਾਡੇ ਐਗਜ਼ਾਮ ਦੇ ਵਿੱਚ ਆਉਂਦੀ ਹੁੰਦੀ ਹੈ ਤੇ ਮੈਂ ਉਹੀ ਸੋਲਵ ਕਰਵਾ ਰਹੀਆਂ ਜਿਨ੍ਹਾਂ ਦੇ ਵਿੱਚੋਂ ਡਿਟਰਮਿਨੈਂਟਸ ਤੁਹਾਡੇ ਦੋ ਚੈਪਟਰਸ ਦੇ ਵਿੱਚ ਨੇ ਤੇ ਨੌਨ ਫਿਨਾਈਟਸ ਪਾਰਟਿਸਪਲ ਜੈਰੰਡ ਉਹ ਵੀ ਦੋ ਚੈਪਟਰਸ ਦੇ ਵਿੱਚ ਨੇ ਚਾਰ ਚੈਪਟਰ ਤੁਹਾਡੇ ਸਿਲੇਬਸ ਦੇ ਵਿੱਚ ਨੇ ਚਾਰਾਂ ਦੇ ਵਿੱਚੋਂ ਹੀ ਇਹ ਕਰਵਾਇਆ ਜਾਣਗੇ ਹੁਣ ਦੋ ਚੈਪਟਰ ਦੇ ਡਿਟਰਮੀਨੈਂਟ ਨੇ ਉਹਨਾਂ ਦੇ ਵਿੱਚ ਦੋਨੋਂ ਚੈਪਟਰਸ ਦੇ ਮੈਂ ਡਿਟਰਮੀਨੈਂਟ ਜਿਹੜੇ ਕਿ ਇਸ ਵੀਡੀਓ ਦੇ ਵਿੱਚ ਕਰਾ ਰਹੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਜਿੰਨਾ ਵੀ ਸਤੰਬਰ ਤੱਕ ਦਾ ਸਿਲੇਬਸ ਆ ਓਲਰੈਡੀ ਚੈਨਲ ਤੇ ਅਪਲੋਡ ਕੀਤਾ ਹੋਇਆ ਤੁਸੀਂ ਉਹਨੂੰ ਜ਼ਰੂਰ ਵਾਚ ਕਰੋ ਤੇ ਬਾਕੀ ਜਿਹੜੇ ਸਟੂਡੈਂਟਸ ਨੇ ਉਹਨਾਂ ਨਾਲ ਸ਼ੇਅਰ ਕਰੋ ਹਾਂਜੀ ਇਸ ਦੇ ਵਿੱਚ ਫਸਟ ਹੈ ਡੈਸ਼ ਮਨੀ డు ਯੂ ਵਾਂਟ ਹੁਣ ਇੱਥੇ ਆਪਾਂ ਮੈਨੀ ਜਾਂ ਮੱਚ वैसे अपने माइंड से ਜਾਂਦਾ ਹੁੰਦਾ ਕਿ ਕਾਊਂਟੇਬਲ ਚੀਜ਼ਾਂ ਨੇ ਆਪਾਂ ਮੈਨੀਫਿਲ ਕਰਨਾ ਤੇ ਅਨਕਾਊਂਟੇਬਲ ਨਹੀਂ ਮੱਚ ਬਟ ਇੱਥੇ ਮੱਚ ਯੂਜ਼ ਹੋਣਾ ਕਿਉਂ ਹੋਣਾ ਕਿਉਂਕਿ ਇੱਥੇ ਪੁੱਛਿਆ ਵਾਂਟ ਹੁਣ ਖਬਰਾ ਕੋਈ ਕਿੰਨਾ ਕੋ ਆਪਾਂ ਨੇ ਪੁੱਛਿਆ ਕਿੰਨਾ ਤੁਸੀਂ ਪੈਸਾ ਚਾਹੁੰਦੇ ਹੋ ਅਗਲਾ ਕਿੰਨੇ ਮਰਜ਼ੀ ਡਿਮਾਂਡ ਕਰ ਸਕਦਾ ਅਨਕਾਊਂਟੇਬਲ ਇੱਕ ਮਤਲਬ ਕਿ ਵੱਡੀ ਡੀਲ ਹੋਗੀ ਇੱਕ ਪਲੈਂਟੀ ਆਫ ਲਾਰਜ ਕੁਆਂਟੀਟੀ ਹੋਗੀ ਜਦੋਂ ਲਾਰਜ ਕੁਆਂਟੀਟੀ ਹੋਵੇ ਤਾਂ ਆਪਾਂ ਯੂਜ਼ ਕਰਦੇ ਹੁੰਨਾ ਮੱਚ ਤਾਂ ਫਿਰ ਯੂਜ਼ ਕੀ ਕਰਨਾ ਮੱਚ ਦੇਖੋ ਮਚ ਯੂਜ਼ ਕਰਨਾ ਕਰਨਾ ਆਪਾਂ ਨੇ ਕਨਵੇ ਅ ਪਲੈਂਟੀ ਆਫ ਅ ਪਲੈਂਟੀ ਆਫ ਅ ਗ੍ਰੇਟ ਡੀਲ অর ਅ ਲਾਰਜ ਕੁਆਂਟੀਟੀ ਤੇ 네ਗੇਟਿਵ ਤੇ ਇੰਟੈਰੋਗੇਟਿਵ ਸੈਂਸ ਹੋਵੇ ਤਾਂ ਵੀ ਆਪਾਂ ਨੇ ਜਿਹੜੇ ਕਿ ਮਚ ਫਿਲ ਕਰਨਾ ਤੇ ਹੁਣ ਉੱਥੇ ਆਪਣਾ ਕੁਐਸਚਨ ਇੰਟੈਰੋਗੇਟਿਵ ਸਾਈਨ ਦੇ ਵਿੱਚ ਸੀ ਤੇ ਇਸ ਤਲਾਵਾ ਜਦੋਂ ਟਾਈਮ ਬਾਰੇ ਹੋਵੇ 네ਗੇਟਿਵ ਹੀ ਹੈਜ਼ ਨਾਟ ਗਾਟ ਡੈਸ਼ ਟਾਈਮ ਮਚ ਟਾਈਮ ਓਕੇ ਦੈਨ ਆਪਾਂ ਇਹ ਯੂਜ਼ ਕਰਨਾ ਤੇ ਮੰਨੀ ਲਈ ਮਚ ਨੈਕਸਟ ਆਪਣਾ ਹੈ ਨੈਕਸਟ ਹੈ ਸੈਕੰਡ ਨੰਬਰ ਤੇ ਡੈਸ਼ ਐਂਡ ਦਾ ਦ ਇਹਨਾਂ ਚ ਇੱਕ ਫਿਲ ਕਰਨਾ ਬੁਕਸ ਆਰ ਲੇਇੰਗ ਐਟ 6 অর 7 ਕਹਿੰਦਾ ਵੀ ਇਹ ਸਾਰੀਆਂ ਬੁਕਸ ਪਈਆਂ ਨੇ ਲੇਇੰਗ ਨੇ 6 অর 7 ਦੇ ਵਿੱਚ ਤਾਂ ਆਪਾਂ ਹੁਣ ਇੱਥੇ 올 ਦਾ ਕਰਨਾ ਜਾਂ ਐਂ ਤਾਂ ਆਪਾਂ ਐਂ ਦਾ ਵੋਵਲ ਸਾਊਂਡ ਨਾਲ ਫਿਲ ਕਰਦੇ ਹੁਣ ਇੱਥੇ ਆਊਗਾ 올 ਦਾ ਆਲ ਦੀ ਫਿਲ ਕਰਨਾ ਇੱਥੇ ਪਹਿਲੇ ਦੇ ਵਿੱਚ ਮੱਚ ਸੈਕਿੰਡ ਦੇ ਵਿੱਚ ਦੋ ਨੈਕਸਟ ਹੀ ਲੋਸਟ ਡੈਸ਼ ਫਰੈਂਡਸ ਹੀ ਹੈਡ ਹੁਣ ਦਾ ਫਿਊ ਜਾਂ ਅ ਫਿਊ ਹੁਣ ਆਪਾਂ ਦਾ ਫਿਊ ਕਦੋਂ ਫਿਲ ਕਰਨੇ ਹੁੰਦੇ ਆ ਜਦੋਂ ਆਪਣੇ ਕੋਲ ਜੋ ਚੀਜ਼ ਹੈ ਉਹ ਸਿਰਫ ਉਹ ਉਹੀ ਉ ਗਮੋ ਮਤਲਬ ਕਿ ਉਹ ਆਪਣੇ ਕੋਲੋਂ ਚਲੀ ਗਈ ਜੋ ਚੀਜ਼ ਸੀ ਉਹ ਆਪਣੇ ਕੋਲੋਂ ਚਲੀ ਗਈ ਤਾਂ ਆਪਾਂ ਦਾ ਫਿਊ ਫਿਲ ਕਰਨਾ ਵੈਸੇ मीनिंग ਦੋਨਾਂ ਦਾ ਹੀ ਫਿਊ ਦਾ ਮਤਲਬ ਕਿ ਕੁਝ ਹੁੰਦਾ ਕੁਝ ਕੋਈ ਥੋੜੀ ਜੀ ਚੀਜ਼ ਦਾ ਫਿਊ ਜੋ ਚੀਜ਼ ਆਪਣੇ ਕੋਲ ਸੀ ਉਹ ਆਪਣੇ ਕੋਲੋਂ ਚਲੀ ਗਈ ਗੁੰਮ ਹੋ ਗਈ ਜਿਵੇਂ ਉਹਨਾਂ ਹੀ ਲੌਸਟ ਦੱਸੇ ਰਿਹਾ ਕਿ ਹੀ ਲੌਸਟ ਹੀ ਫਿਊ ਫਰੈਂਡਸ ਦਾ ਫਿਊ ਫਰੈਂਡਸ ਆਊਗਾ ਤੇ ਕੀ ਕਹਿੰਦਾ ਜਿਹੜੇ ਉਹਦੇ ਕੋਲ ਕੁਝ ਫਰੈਂਡਸ ਸੀ ਹੀ ਲੌਸਟ ਡੈਸ਼ ਫਰੈਂਡਸ ਹੀ ਹੈ ਜਿਹੜੇ ਉਹਦੇ ਕੋਲ ਫਰੈਂਡਸ ਸੀ ਉਹ ਲਾਸਟ ਹੋ ਚੁੱਕੇ ਨੇ ਤਾਂ ਇੱਥੇ ਫਿਲ ਕਰਾਂਗੇ ਆਪਾਂ ਦਾ ਫਿਊ ਹੀ ਲਾਸਟ ਦਾ ਫਿਊ ਫਰੈਂਡਸ ਹੀ ਹੈ ਜਿਹੜੇ ਉਹਦੇ ਕੋਲ ਫਰੈਂਡਸ ਸੀ ਉਹ ਉਹ ਤੋਂ ਗੁੰਮ ਹੋ ਗਏ ਲਾਸਟ ਹੋ ਗਏ ਹਾਂਜੀ ਤੁਸੀਂ ਇਹ ਦੇਖ ਸਕਦੇ ਹੋ ਦੇਖੋ ਇਹ ਹੈ ਦਾ ਫਿਊ ਆ ਫਿਊ ਮਤਲਬ ਕਿ ਕੁਝ ਹੁੰਦੇ ਨਾ ਨਾ ਵੀ ਦਾ ਫਿਊ ਜੋ ਕੁਝ ਵੀ ਹੈ ਆਪਣੇ ਕੋਲ ਛੋਟਾ ਨੰਬਰ ਮਤਲਬ ਕਿ ਜੋ ਕੁਝ ਸੀ ਉਹ ਆਪਣੇ ਕੋਲ ਹੁਣ ਨਹੀਂ ਰਿਹਾ ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਆਪਾਂ ਇੱਕ ਹੋਰ ਦੇਖਦੇ ਆ ਦਾ ਫਿਊ ਰੁਪੀਸ ਦੈਟ ਰਾਮ ਹੈਡ ਕਹਿੰਦਾ ਜਿਹੜੇ ਰਾਮ ਕੋਲ ਕੁਝ ਰੁਪੀਸ ਸੀ ਠੀਕ ਹੈ ਹੀ ਗੇਵ ਥੈਮ ਟੂ ਦਾ ਪੂਅਰ ਵੈਗਰ ਉਹਨੇ ਉਹ ਸਾਰੇ ਕਿਨਾਂ ਨੂੰ ਦੇਤੇ ਪੂਅਰ ਗਰੀਬ ਭਖਾਰੀਆਂ ਨੂੰ ਦੇ ਚੁੱਕਿਆ ਹੋ ਜਿਹੜੇ ਹੈਗੇ ਸੀ ਉਹਦੇ ਕੋਲ ਉਹ ਸਾਰੇ ਪੈਸੇ ਦੇ ਚੁੱਕਿਆ ਮਤਲਬ ਕਿ ਜੋ ਸੀ ਉਹ ਤੋਂ ਚਲੇ ਗਏ ਉਹ ਹੁਣ ਉਹਦੇ ਕੋਲ ਨਹੀਂ ਹੈ ओके फिर अ फ्यू मतलब की कुछ हो ना एदा भी मतलब स्मॉल नंबर हुंदा हुन राम हैज ए फ्यू रुपीस टू बाय हिज बुक कंदा राम कोल कुछ पैसे ने बुक खरीदन ली बुक खरीदन ली कुछ पैसे है हैंगे ना थे पॉजिटिव साइन सा मतलब की हैंगे ने हुन एथे सी पास्ट दे विच मतलब की ओदे कोल चला गया सब कुछ तापा मतलब की कुछ सेव माइंड रख सओदे भी पास्ट दे विचा हुन है, हैड हैड केडा फ्यूचर ना हैड हा है, पास्ट ਪਰਫੈਕਟ ਪਾਸਟ ਪਰਫੈਕਟ ਦੇ ਲਈ ਤਾਂ ਮਤਲਬ ਕਿ ਜਿਹੜਾ ਪਾਸਟ ਦੇ ਵਿੱਚ ਦਾ ਫਿਊ ਯੂਜ਼ ਕਰਨਾ ਇਸ ਤੋਂ ਇਲਾਵਾ ਜਿਹੜਾ ਪ੍ਰੈਜ਼ੈਂਟ ਦੇ ਵਿੱਚ ਆਫ ਫਿਊ ਇਹ ਕਿ ਹੋ ਗਿਆ ਸੈਕੰਡ ਰੂਲ ਨਿਕਲ ਰਿਹਾ ਕਿ ਜੋ ਚੀਜ਼ ਸੀ ਆਪਣੇ ਕੋਲ ਮਤਲਬ ਕਿ ਜੋ ਚੀਜ਼ ਹੈਗੀ ਸੀ ਹੁਣ ਨਹੀਂ ਹੈ ਆਪਣੇ ਕੋਲ ਥੋੜੀ ਚੀਜ਼ ਜਿਹੜੀ ਹੈਗੀ ਸੀ ਹੁਣ ਨਹੀਂ ਹੈ ਤਾਂ ਆਪਾਂ ਦਾ ਫਿਊ ਫਿਲ ਕਰਨਾ ਜਿਹੜੀ ਚੀਜ਼ ਹੈ ਥੋੜੀ ਆ ਹੁਣ ਵੀ ਹੈ ਉਹਦੇ ਲਈ ਆਫ ਫਿਊ ਆਈ ਹੋਪ ਤੁਸੀਂ ਸਮਝੂਗੇ ਹੋਵੋਗੇ ਅਗੇ ਲਿਟਰਲ ਵਾਲਾ ਵੀ ਦੇਖ ਲਓ ਲਿਟਰਲ ਵੈਸੇ ਤੁਹਾਨੂੰ ਇਹ ਜਿਹੜੇ ਸੈਂਟੈਂਸ ਨੇ ਤੁਹਾਡੇ ਗ੍ਰਾਮਰ ਪੋਰਸ਼ਨ ਜੋ ਦਿੱਤਾ ਹੋਇਆ ਬੁੱਕ ਵਰਕ ਇਸ ਨੂੰ ਦੋ ਤਿੰਨ ਵਾਰ ਰੀਡ ਕਰੋਗੇ ਤੁਹਾਡੇ ਮਾਈਂਡ ਚ ਬੈਠ ਜਾਣੇ ਨੇ ਇਹ ਹੁਣ ਇਹਦੇ ਵਿੱਚ ਵੀ ਅਗਲਾ ਨੈਕਸਟ ਸੈਂਟੈਂਸ ਹੈ ਆਪਣਾ ਲਿਟਰਲ ਦਾ ਲਿਟਰਲ ਦੇ ਵਿੱਚ ਲਿਟਰਲ ਮਤਲਬ ਵੀ ਸਮਾਲ ਕਾਉਂਟੀਟੀ ਹੁੰਦਾ ਤੇ ਦਾ ਲਿਟਰਲ ਮਤਲਬ ਮਤਲਬ ਕਿ ਨਾਟ ਮੱਚ ਹੁੰਨੀ ਹੈ ਬਟ 올 देयर ਇਜ਼ ਕੁਝ ਸੀ ਮਤਲਬ ਕਿ ਹੁੰਨੀ ਨਹੀਂ ਹੈ ਤਾਂ ਆਪਾਂ ਨੇ ਦੋ ਲਿਟਰ ਲਗਾਉਣਾ ਜਿਵੇਂ ਐਗਜ਼ਾਮਪਲ ਦੇਖੋ ਤੁਸੀਂ example he gambled the money he gambled the little money he had ਜਿਹੜੀ ਕਹਿੰਦਾ ਉਹਦੇ ਕੁਝ ਕੁਛ ਮਨੀ ਸੀ ਉਹ ਸਾਰੀ ਉਹਨੇ ਗੈਂਬਲ ਦੇ ਵਿੱਚੋਂ ਅ ਹੀ ਗੈਂਬਲ ਮਤਲਬ ਕਿ ਉਹਨੇ ਉਹ ਜੂਏ ਦੇ ਵਿੱਚ ਖਰਚ ਕਰਤੀ ਜੋ ਵੀ ਸੀ ਜਾਂ ਆਈ ਸਪੈਂਟ ਡੈਸ਼ ਮਨੀ ਆਈ ਹੈਡ ਮਤਲਬ ਕਿ ਜਦੋਂ ਹੈਡ ਦੇ ਤੁਹਾਨੂੰ ਦੱਸ ਤੇ ਰਹੀਆਂ ਮੈਂ ਕਿ ਹੈਡ ਜਦੋਂ ਪਾਸਟ ਪਰਫੈਕਟ ਹੈ देन ਆਪਾਂ ਨੇ ਦ ਵਾਲਾ ਚੁਣਾ ਦ ਲਿਟਲ ਦ ਫਿਊ I spent the little money I had ਵੀ ਜਿਹੜੀ ਮੇਰੇ ਕੋਲ ਸੀ ਉਹ ਮੈਂ ਸਪੈਂਡ ਕਰ ਚੁੱਕਿਆ ਹੁਣ ਲਿਟਲ ਦੇ ਵਿੱਚ ਕੀ ਡਿਫਰੈਂਸ ਆ ਮਤਲਬ ਕਿ ਹੁਣ ਹੈ ਚੀਜ਼ ਪ੍ਰੈਜ਼ੈਂਟ ਦੇ ਵਿੱਚ देयर इज अ ਲਿਟਲ ਹੋਪ ਆਫ ਹਿਸ ਸਰਵਾਈਵਲ ਆਫਟਰ ਦਾ ਫੈਟਲ ਐਕਸੀਡੈਂਟ ਕਹਿੰਦਾ ਉਹਦਾ ਇਨਾ ਫੈਟਲ ਐਕਸੀਡੈਂਟ ਹੋ ਗਿਆ ਬਟ ਥੋੜੀ ਜੀ ਉਮੀਦ ਹੈ ਕਿ ਉਹ ਬਚ ਜਾਊਗਾ ਮਤਲਬ ਕਿ ਪ੍ਰੈਜ਼ੈਂਟ ਦੇ ਵਿੱਚ ਹੈ ਜਦੋਂ ਪ੍ਰੈਜ਼ੈਂਟ ਦੇ ਵਿੱਚ ਤਾਂ ਸਿੰਗਲ ਵਾਲਾ ਚੁਣਨਾ चाहे फ्यू है चाहे लिटल है तो जो दो पास्ट चला गया मतलब कि जो सी हूँ नहीं है सी रूम नहीं है तो द लिटल पास्ट परफेक्ट वाला द लिटल और द्यू हम आप इस चुना देर इज़ डैश मिल्क इन द चक कहना इस जेडे कि ना, आ, आ, देर इज़ ए लिटल ਮਿਲਕ ਇੰਦਾ ਜਗ ਮਤਲਬ ਕਿ ਹੁਣ ਹੈ ਪ੍ਰੈਜ਼ੈਂਟ ਆ ਇਜ਼ ਇਸ ਦੇ ਦੇਖੋ ਜਦੋਂ ਪ੍ਰੈਜ਼ੈਂਟ ਸੈਂਸ ਆ ਤਾਂ ਵਿਦਆਊਟ ਦਾ ਵਾਲਾ ਚੁਣਨਾ ਚਾਹੇ ਉਹ ਲਿਟਲ ਹੈ ਚਾਹੇ ਉਹ ਫਿਊ ਵਾਲਾ ਹੁਣ ਇੱਥੇ ਪ੍ਰੈਜ਼ੈਂਟ ਦੇ ਵਿੱਚ ਕਹਿ ਰਿਹਾ ਕਹਿੰਦਾ ਇਹਦੇ ਵਿੱਚ ਕੁਝ ਜਗ ਚ ਕੁਝ ਪਾਣੀ ਹੈ ਤਾਂ ਆਪਾਂ ਦਾ ਦਾ ਲਿਟਲ ਨਹੀਂ ਚੁਣਾਂਗੇ ਲਿਟਲ ਜਦੋਂ ਪ੍ਰੈਜ਼ੈਂਟ ਆ ਸਟੂਡੈਂਟਸ ਫਿਰ ਓਨਲੀ ਵਿਦਆਊਟ ਦਾ ਵਾਲਾ ਚੁਣਨਾ ਹੁਣ ਇੱਥੇ ਲਿਟਲ ਹੁਣ ਏ ਸੀ ਸੀ ਹੈਡ ਪਾਸਟ ਪਰਫੈਕਟ ਸੀ ਪਾਸਟ ਚ ਸੀ ਤਾਂ ਆਪਾਂ ਨੇ ਦੋ ਫਿਊ ਚੁਣਿਆ ਸੀ ਹੁਣ ਇੱਥੇ ਪ੍ਰੈਜ਼ੈਂਟ ਦਾ ਥੇਅਰ ਇਜ਼ ਅਗਰ ਇੱਥੇ ਹੈਡ ਵਗੈਰਾ ਹੁੰਦਾ ਦੈਨ ਆਪਾਂ ਦੋ ਲਿਟਲ ਚੁੰਦੇ ਹੁਣ ਪ੍ਰੈਜ਼ੈਂਟ ਆ ਤਾਂ ਆਪਾਂ ਨੇ ਲਿਟਲ ਨੈਕਸਟ ਆਈ ਹੈਵ ਡੈਸ਼ ਵਰਕ ਟੂ ਡੂ ਕਹਿੰਦਾ ਮੇਰੇ ਕੋਲ ਕੁਝ ਵਰਕ ਹੈ ਆਈ ਹੈਵ ਮੱਚ ਵਰਕ ਟੂ ਡੂ ਮਤਲਬ ਕਿ ਮੇਰੇ ਕੋਲ ਜਿਆਦਾ ਮਾਤਰਾ ਚ ਵਰਕ ਹੈ ਮੱਚ ਜਾਂ ਮੈਨੀ ਹੁਣ ਵਰਕ ਨੂੰ ਕਾਊਂਟ ਨਹੀਂ ਕਰ ਸਕਦੇ ਤਾਂ ਮੱਚ ਆਈ ਹੈਵ ਮੱਚ ਵਰਕ ਟੂ ਡੂ ਨੈਕਸਟ ਨੈਕਸਟ ਹੈ ਡੈਸ਼ ਪੀਪਲ ਪੇਡ ਹੋਮਸ ਟੂ ਦਾ ਡਿਪਾਰਟਮੈਂਟਸ ਲੀਡਰ ਇੱਥੇ ਆਣਾ ਸੈਵਰਲ ਸੈਵਰਲ ਦਾ मीनिंग ਜ਼ਿਆਦਾ ਹੁੰਦਾ ਨੈਕਸਟ ਹੈ ਮੱਚ ਦਾ मीनिंग ਵੀ ਜ਼ਿਆਦਾ ਹੀ ਹੁੰਦਾ ਡੈਸ਼ ਗਰੇਪਸ ਆਰ সুইਟ ਐਂਡ ਯੂਸੀ ਕਹਿੰਦਾ ਉਹ ਇਹ ਵਾਲੇ ਗਰੇਪਸ সুইਟ ਨੇ ਅਤੇ ਯੂਸੀ ਨੇ ਥੈਨ ਆਪਾਂ ਇਹਦੇ ਵਿੱਚੋਂ ਦੈਟ ਜਾਂ ਦੀਜ਼ ਦੈਟ ਤਾਂ ਦੂਰ ਲਈ ਫਿਲ ਕਰਦੇ ਹੁਣਾ ਬਟ ਜਦੋਂ ਜਾਦਾ ਹੋਣ ਇੱਥੇ ਗਰੇਪਸ ਐ ਗਰੇਪਸ ਲਿਖਾ ਹੋਇਆ ਐ ਐਸ ਲੱਗੀ ਹੋਈ ਆ ਗਰੇਪਸ ਐਸ ਲੱਗੀ ਹੋਇਆ ਮਤਲਬ ਕਿ ਜਿਆਦਾ ਨੇ ਜਦੋਂ ਜਿਆਦਾ ਚੀਜ਼ਾਂ ਹੋਣ ਆਪਾਂ ਫਿਰ ਫਿਲ ਕਰਦੇ ਹੁੰਨੇ ਆ ਦੀਸ ਤੇ ਦੋਸ ਦੇ ਵਿੱਚੋਂ ਦੋਸ ਹੁੰਦਾ ਦੂਰ ਦੇ ਲਈ ਬਟ ਇੱਥੇ ਇਹਨਾਂ ਨੇ ਡੈਟ ਦਿੱਤਾ ਜੇ ਦੋਸ ਹੁੰਦਾ ਡੈਟ ਤਾਂ ਆਪਾਂ ਦੋਸ ਦੀ ਆਪਸ਼ਨ ਦੇਖ ਲੈਂਦੇ ਬਟ ਹੁਣ ਇੱਥੇ ਆਊਗਾ ਦੀਸ ਕਿਉਂ ਆਊਗਾ ਦੀਸ ਕਿਉਂਕਿ ਇਹ ਇੱਕ ਹੀ ਆ ਪਲੂਰਲ ਆ ਪਲੂਰਲ ਦੇ ਲਈ ਆਪਾਂ ਦੀਸ ਚੁਣਾਂਗੇ ਦੀਸ ਗ੍ਰੇਪਸ ਆਰ ਸਵੀਟ ਐਂਡ ਯੂਸੀ ਵੈਸੇ ਦੀਸ ਦਾ ਮਤਲਬ ਕੀ ਹੁੰਦਾ ਵੀ ਨੇੜੇ ਆ ਡੈਟ ਦਾ ਮਤਲਬ ਕੀ ਹੁੰਦਾ ਦੂਰ ਬਟ ਡੈਟ ਇੱਥੇ ਇਹਨਾਂ ਨੇ ਸਿੰਗੂਲਰ ਚੀਜ਼ਾਂ ਲਈ ਦਿੱਤਾ ਐਸੇ ਤਾਂ ਗ੍ਰੇਪਸ ਨੇ ਤਾਂ ਆਪਾਂ ਦੀਸ ਦੀਸ ਗ੍ਰੇਪਸ ਆਰ ਸਵੀਟ ਐਂਡ ਯੂਸੀ ਨੈਕਸਟ ਹੈ ਹੀ ਰਿਲੇਟਡ ਡੈਸ਼ ਇੰਟਰਸਟਿੰਗ ਸਟੋਰੀ ਤਾਂ ਹੀ ਰਿਲੇਟਡ ਐਨ ਕਿਉਂਕਿ ਵਾਵਲ ਸਾਊਂਡ ਆ ਤੇ ਇਥੇ ਵਾਵਲ ਸਾਊਂਡ ਕਿਹੜੇ ਕਿਹੜੇ ਨੇ ਉਹਨਾਂ ਨਾਲ ਐਨ ਲੱਗਦਾ ਹੁੰਦਾ ए ई आई ओ यू ਇਹਨਾਂ ਨਾਲ ਕੋਈ ਵੀ ਸੈਂਟੈਂਸ ਸਟਾਰਟ ਹੋਵੇ ਤਾਂ ਆਪਾਂ ਐਨ ਯੂਜ਼ ਕਰਨਾ ਹੁੰਦਾ ਹੁਣ ਇੱਥੇ ਆਪਣਾ ਆ ਜਾਣਾ ਐਨ ਐਨ ਇੰਟਰਸਟਿੰਗ ਸਟੋਰੀ ਨੈਕਸਟ ਕਾਂਤਾ ਇਜ਼ ਡੈਸ਼ ਟੋਲਰ ਆਫ ਦੈਮ ਬੋਥ ਕਨਾਂ ਇਹ ਜਿਹੜੇ ਕੀ ਇਹ ਟੋਲਰ ਆ ਬੋਥ ਆਫ देम ਤੋਂ ਬੋਥ ਆਫ ਟੋਲਰ ਟੋਲਰ ਤੋਂ ਬਾਅਦ ਦ ਆਊਗਾ ਇਹ ਤੰਗ ਸਕਦਾ ਨੈਕਸਟ ਕੰਪੈਰੀਜ਼ਨ ਹੈ ਵਸੇ ਦ ਨੈਕਸਟ ਬੋਥ ਡੈਸ਼ ਸਨਸ ਆਰ ਵੈਰੀ ਇੰਟੈਲੀਜੈਂਟ ਕਹਣਾ ਦੋਨੇ ਉਸਦੇ ਮੁੰਡੇ ਇੰਟੈਲੀਜੈਂਟ ਨੇ ਬੋਥ ਆਫ ਹਿਸ ਉਸਦੇ ਉਸਦੇ ਲਈ ਹਿਸ ਜਾਊਗਾ ਹੁਣ ਇਹਨਾਂ ਦਾ ਮੈਂ ਦੁਬਾਰਾ ਓਵਰਵਿਊ ਦਨੀ ਆ ਪਹਿਲੇ ਚ ਆਪਾਂ ਨੇ ਕੀ ਫਿਲ ਕੀਤਾ ਸੀ ਮੱਚ ਦੈਨ ਸੈਕਿੰਡ ਚ ਆਪਣਾ ਦ ਸੀ ਥਰਡ ਚ ਆਪਣਾ ਸੀ ਦ ਫਿਊ ਦ ਫਿਊ ਫੋਰਥ ਦੇ ਵਿੱਚ ਸੀ ਲਿਟਲ ਫਿਫਥ ਦੇ ਵਿੱਚ ਸੀ ਆਪਣਾ ਮੱਚ ਸਿਕਸਥ ਦੇ ਵਿੱਚ ਸੈਵਰਲ ਸੈਵਨਥ ਦੇ ਵਿੱਚ ਸੀ ਆਪਣਾ ਦੀਸ ਤੇ 8th ਨੰਬਰ ਤੇ ਆਪਾਂ ਨੇ ਫਿਲ ਕੀਤਾ ਸੀ ਐਨ ਤੇ 9th ਨੰਬਰ ਤੇ ਦੋ ਤੇ 10th ਨੰਬਰ ਤੇ ਹੋ ਗਿਆ ਹਿਸ ਹੁਣ ਨੈਕਸਟ ਚੈਪਟਰ ਤੇ ਦੇਖਦੇ ਹਾਂ ਚੈਪਟਰ ਹੈ 3 3 ਚੈਪਟਰ ਦੇ ਨੇ ਹੁਣ ਇਹ ਆਈ ਹੈਵ ਡੈਸ਼ ਫਰੈਂਡਸ ਇਨ ਦਾ ਸਿਟੀ ਕਹਿੰਦਾ ਮੇਰੇ ਫਰੈਂਡਸ ਨੇ ਇਹ ਸਿਟੀ ਦੇ ਵਿੱਚ ਮੈਨੀ ਆਈ ਹੈਵ ਮੈਨੀ ਫਰੈਂਡਸ ਡੈਸ਼ ਅੰਬ੍ਰੇਲਾ ਇਜ਼ ਡੈਸ਼ ਯੂਸਫੁਲ ਥਿੰਗ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਵਾਵਲ ਸਾਊਂਡ ਨਾਲ ਸਟਾਰਟ ਹੋਣਗੇ ਤਾਂ ਆਪਣੇ ਐਨ ਫਿਲ ਕਰਨਾ ਤਾਂ ਇੱਥੇ ਆਊਗਾ ਐਨ ਫਿਰ ਅੱਗੇ ਅ ਅੰਬ੍ਰੇਲਾ ਕਹਿੰਦਾ ਯੂਸਫੁਲ ਥਿੰਗ ਡੈਸ਼ ਅ ਮੈਨ ਹੈਜ਼ ਡਾਈਡ ਆਫ ਕੋਲੇਰੀਆ ਇਹਦੇ ਨਾਲ ਜਿਹੜੇ ਕਿ ਮਲੇਰੀਆ ਨਾਲ ਕਾਫੀ ਹੈਜ਼ ਡਾਈਡ ਹੋ ਗਏ ਮੈਨ ਤਾਂ ਮੈਨੇ ਜਿਆ ਮੱਚ ਮੈਨੀ ਬਿਕੋਜ਼ ਕਾਉਂਟੇਬਲ ਚੀਜ਼ ਐ ਮੈਨ ਨੂੰ ਆਪਾਂ ਕਾਉਂਟ ਕਰ ਸਕਦੇ ਐ ਡੈਸ਼ ਚਿਲड्रन ਗੋ ਟੂ ਦਾ ਸਕੂਲ ਏਵਰੀ ਡੇ ਕਹਿੰਦਾ ਚਿਲड्रन ਆ ਗਿਆ ਹੁਣ ਇੱਥੇ ਵੀ ਉਹੀ ਗੱਲ ਹੋਊਗੀ ਜਿਹੜੀ ਦੀਸ ਤੇ ਡੈਟ ਵਾਲੀ ਸੀ ਹੁਣ ਦੀਸ ਦੀਸ ਦਾ ਮਤਲਬ ਵੀ ਹੁੰਦਾ ਨੇੜੇ ਦੀਸ ਦਾ ਮਤਲਬ ਵੀ ਨੇੜੇ ਹੁੰਦਾ ਬਟ ਜਦੋਂ ਜ਼ਿਆਦਾ ਚੀਜ਼ਾਂ ਨੇ ਫਿਰ ਆਪਾਂ ਦੀਸ ਚੋਂਦੇ ਹੁਣ ਅਗਰ ਚਾਈਲਡ ਹੁੰਦਾ ਫਿਰ ਆਪਾਂ ਦਿਸ ਚੋਂਦੇ ਅਤੇ ਚਿਲड्रन ਬੱਚੇ ਨੇ ਤਾਂ ਦੀਸ ਨੈਕਸਟ ਡਿਡ ਯੂ ਸੀ ਡੈਸ਼ এলিਫੈਂਟਸ ਇਨ ਦਾ ਫੋਰੈਸਟ ਕੀ ਕਹਿਣਾ ਤੁਸੀਂ ਕੋਈ এলিਫੈਂਟ ਦੇਖਿਆ ਇਸ ਫੋਰੈਸਟ ਦੇ ਵਿੱਚ ਤਾਂ ਐਨੀ ਜਾਂ ਸਮ ਸਮ ਹੁੰਦਾ ਕੁਝ ਐਤਾ ਪੁੱਛ ਰਿਹਾ ਕਿ ਕੋਈ ਦੇਖਿਆ ਮਤਲਬ ਕਿ ਐਨੀ 네ਗੇਟਿਵ ਸੈਂਸ ਆ ਤਾਂ ਆਪਣੇ ਐਨੀ ਚੂਜ਼ ਕਰਨਾ ਹੁੰਦਾ ਕੋਈ ਵੀ 네ਗੇਟਿਵ ਸੈਂਸ ਆ ਤਾਂ ਐਨੀ ਇਥੇ ਇਨਟੈਰੋਗੇਟਿਵ 네ਗੇਟਿਵ ਔਰ ਇਨਟੈਰੋਗੇਟਿਵਲੀ ਐਨੀ ਯੂਜ਼ ਕਰਨਾ ਹੁੰਦਾ ਸ਼ੀ ਇਜ਼ ਪ੍ਰਾਊਡ ਆਫ ਡੈਸ਼ ਬਿਊਟੀ ਹੀ ਇਜ਼ ਜਾਂ ਹਰ ਤਾਂ ਲੜਕੀ ਆ ਸ਼ੀ ਆ ਤਾਂ ਸ਼ੀ ਦਾ ਹਰ ਹੋਊਗਾ ਨਾਉਨ ਸ਼ੀ ਇਜ਼ ਪ੍ਰਾਊਡ ਆਫ ਹਰ ਬਿਊਟੀ ਅਗੇ 댓 ਜਾਂ ਦੋਜ਼ ਆ ਪਲਾਂਟ ਇਜ਼ ਡਾਈਿੰਗ ਮਤਲਬ ਕਿ ਉਹ ਵਾਲਾ ਪੌਦਾ ਜਿਹੜਾ ਕਿ ਮਰ ਗਿਆ ਇੱਕ ਹੈ ਪਲਾਂਟਸ ਨਹੀਂ ਹੈ ਅਗਰ ਪਲਾਂਟਸ ਹੁੰਦਾ ਤਾਂ ਆਪਾਂ ਦੋਜ਼ ਫਿਲ ਕਰਦੇ ਹੁਣ ਇੱਥੇ ਇੱਕਾ ਪਲਾਂਟ ਓਨਲੀ ਤਾਂ 댓 ਪਲਾਂਟ ਆ ਅਗਰ ਪਲਾਂਟਸ ਹੁੰਦਾ ਦਰਖਤ ਹੁੰਦੇ ਫਿਰ ਆਪਾਂ ਦੋਜ਼ ਲਗਾਉਂਦੇ ਨੈਕਸਟ ਆਪਾਂ ਦੇਖਦੇ ਆ ਡੈਸ਼ ਦਾ ਗਰਲਸ ਆਰ ਪ੍ਰੈਜ਼ੈਂਟ ਟੂਡੇ ਆਲ ਜਸਟ ਸਮ ਆਲ ਆਪਾਂ ਫਿਲ ਕਰਨਾ ਆਲ ਆਲ ਮਤਲਬ ਕਿ ਸਾਰੀਆਂ ਸਾਰੇ ਗਰਲਸ ਪੋਜ਼ਿਟਿਵ ਸੈਂਸ ਆ ਸਾਰੇ ਗਰਲ ਪ੍ਰੈਜ਼ੈਂਟ ਨੇ ਆਲ ਸਮ ਹੁੰਦਾ ਕੁਛ ਲਈ ਆਲ ਦਾ ਗਰਲਸ ਆਰ ਪ੍ਰੈਜ਼ੈਂਟ ਟੁਡੇ ਅਗੇ ਸ਼ੀ ਡਿਡ ਨਾਟ ਸੈਂਡ ਮੀ ਡੈਸ਼ ਰਿਪਲਾਈ ਕਹਿੰਦਾ ਉਸਨੇ ਮੈਨੂੰ ਕੋਈ ਰਿਪਲਾਈ ਸੈਂਡ ਨਹੀਂ ਕੀਤਾ 네ਗੇਟਿਵ ਸੈਂਸ ਆ 네ਗੇਟਿਵ ਔਰ ਇੰਟਰੋਗੇਟਿਵ ਸੈਂਸ ਲਈ ਆਪਾਂ ਐਨੀ ਇੰਟਰੋਗੇਟਿਵ ਹੋਵੇ ਔਰ ਨਾਟ ਵਾਲਾ ਹੋਵੇ ਦੈਨ ਕੀ ਯੂਜ਼ ਕਰਨਾ ਐਨੀ ਨੈਕਸਟ ਹੈ ਡੈਸ਼ ਮੈਨ ਇਜ਼ ਐਕਸਪੈਕਟਡ ਟੂ డు ਹਿਸ ਬੈਸਟ ਐਵਰੀ ਜਰ ਮੈਨੀ ਤਾਂ ਐਵਰੀ ਐਵਰੀ ਮੈਨ ਐਵਰੀ ਮੈਨ ਮੈਨੀ ਨਹੀਂ ਐਵਰੀ ਕਹਿੰਦਾ ਹਰ ਇੱਕ ਮੈਨ ਇਜ਼ ਐਕਸਪੈਕਟਡ ਟੂ డు ਹਿਸ ਬੈਸਟ ਵੀ ਹਰ ਤੋਂ ਐਕਸਪੈਕਟ ਕੀਤਾ ਜਾਂਦਾ ਕਿ ਉਹ ਆਪਣਾ ਬੈਸਟ ਦੇਗਾ ਹਿਸ ਹਿਸ ਤੋਂ ਵੀ ਐਸਾ ਪਨ ਬਦਲ ਰਿਹਾ ਮੈਨ ਤੇ ਐਵਰੀ ਐਵਰੀ ਆਊਗਾ ਇਹਦੇ ਨਾਲ ਐਵਰੀ ਹਾਂਜੀ ਓਵਰਵਿਊ ਦੇ ਦੇਣੀ ਮੈਂ ਇੱਕ ਵਾਰ ਪਹਿਲੇ ਦੇ ਵਿੱਚ ਮੈਨੀ ਸੀ ਸੈਕੰਡ ਦੇ ਵਿੱਚ ਐਨ ਫਿਰ ਏ ਇਹ ਥਰਡ ਦੇ ਵਿੱਚ ਹੈਗਾ ਸੀ ਆਪਣਾ ਮੈਨੀ ਫੋਰਥ ਦੇ ਵਿੱਚ ਹੈਗਾ ਸੀ دی ਚਿਲड्रन ਡਿਡ ਯੂ ਸੀ ਐਨੀ এলিਫੈਂਟ ਸ਼ੀ ਇਜ਼ ਪ੍ਰਾਊਡ ਆਫ ਹਰ ਬਿਊਟੀ ਥੈਟ 올 ਤੇ ਐਨੀ ਇਹ ਸੀ ਡਿਟਰਮੀਨੈਂਟਸ ਹਾਂਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਥੈਂਕਸ